ਵੀਰੋ ਕੀ ਹਾਲ ਚਾਲ ਆ ਕਾਪਰ ਕਾਪਰ ਆਕਸੀ ਪ੍ਰੋਵਾਈਡ 400 ਗ੍ਰਾਮ ਕਿਲੇ ਦਾ ਤੇ ਇੱਧਰ ਆਪਾਂ ਨਾਲੇ ਦੇ ਰਲਾ ਕੇ ਕਰ ਰਹੇ ਹਾਂ ਹੈਗਜ਼ਾਗੋਨਾਜ਼ੋਲ ਐਂਟੀਬਾਇਓਟਿਕ ਦੇ ਤੌਰ ਤੇ 12 ਗ੍ਰਾਮ ਠੀਕ ਹੈ ਜੀ ਆ ਹੈਗਜ਼ਾਗੋਨਾਜ਼ੋਲ 500 ਗ੍ਰਾਮ ਪਾ ਤੇ ਕਿਲੇ ਦੀ ਵੈਸੇ 400 ਪਾਉਂਦੇ ਹਾਂ ਅਤੇ 400 ਗ੍ਰਾਮ ਪ੍ਰੋਕਸੀਕਲ ਰਾਈਡ ਠੀਕ ਹੈ ਨੀ ਅਤੇ 50 ਗ੍ਰਾਮ ਪ੍ਰੋਕ ਲੈਣਾ ਲਾ ਕੇ ਕਰ ਰਹੇ ਹਾਂ ਜਵੀਰ ਕਹਿਣਗੇ ਹੁਣ ਕਿ ਦਵਾਈ ਫੜਦੀ ਹੈ ਜਾਂ ਅਤੇ ਪਿਛਲੇ ਸਾਲ ਆਪਾਂ ਬਾਈ ਹਲਦੀ ਰੋਹ ਤੋਂ ਇਕੱਲੀ ਹੈਗਜ਼ਾਕੋਨਾਜ਼ੋਲ ਅਤੇ ਐਂਟੀਬਾਇਓਟਿਕ ਦੇ ਤੌਰ 'ਤੇ 12 ਗ੍ਰਾਮ ਪਾਈ ਸੀ ਆ ਪੁੜੀਆਂ ਅਤੇ ਨਾਲ ਪਾਏ ਸੀ ਹੈਗਜ਼ਾਕੋਨਾਜ਼ੋਲ ਅਤੇ ਕਾਪਰ ਅਤੇ ਇਸ ਵਾਰ ਆਪਾਂ ਪ੍ਰੋਕਲੇਨ ਵਧਾ ਤੀ ਆ ਅਤੇ ਦੇਖ ਲਓ ਵਿੱਚ ਵੀਰ ਕਹਿਣ ਕਹਿੰਦੇ ਦਵਾਈ ਫੜਦੀ ਆ ਦਵਾਈ ਨਹੀਂ ਬਿਲਕੁਲ ਫੜਦੀ ਸਪਰੇਅ ਕਰਾਂਗੇ ਹੁਣ ਅਤੇ ਵਰਾਇਟੀ ਹੈਗੀ 125 ਬਾਕੀ ਵਿੱਚ ਜੀ ਜੀ ਆ ਗਏ ਸੀ ਉਹ ਖਾਲ 'ਚੋਂ ਬਾਈ ਪਾਣੀ ਲੈਂਦੇ ਹਾਂ ਜਿਹੜੇ ਪਾਣੀ ਵਾਲੇ ਜੀਵ ਹੁੰਦੇ ਨੇ ਅਤੇ ਦੇਖਿਓ ਤੁਸੀਂ ਟਾਂਕੀ ਦੇਖੋ ਰੋਬਾ ਬਹਾਨਾ ਕੀ ਪਹਿਲੀ ਸਪਰੇਅ ਆਪਣੀ ਕਿਉਂਕਿ ਵਿੱਚ ਵੀਰ ਇਹ ਸੋਚਦੇ ਨੇ ਵੀ ਪਹਿਲਾਂ ਹਲਕੀ ਸਾਈਡ ਕਰੀਦੇ ਜੇ ਨਾ ਹੋ ਜਾਵੇ ਕਾਪਰ ਤੋਂ ਵੀ ਤਾਂ ਹੀ ਵਿੱਚ ਵੀਰ ਉਹ ਕਰ ਜਾਂਦੇ ਨੇ ਵੀ ਆਪਾਂ ਇਕੱਲੇ ਕਾਪਰ ਦੀ ਸਪਰੇਅ ਨਹੀਂ ਕਰਨੀ ਆਪਾਂ ਵੀ ਰਲਾ ਕੇ ਕਰੀਏ ਅਤੇ 16 ਜੁਲਾਈ ਦੀ ਲੱਗੀ ਆ ਵਰਾਇਟੀ ਹੈਗੀ 125